ਗੋ ਗਾਈਜ਼ ਵੈਲਕਮ ਟੂ ਮਾਈ ਚੈਨਲ ਸਟੱਡੀ ਵਿਦ ਖੁਸ਼ਬੂ ਤਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਲਈ ਸਮਾਂ ਬਦਲ ਦਿੱਤਾ ਗਿਆ ਵਾ ਤਾਂ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਪਹਿਲੀ ਨਵੰਬਰ ਤੋਂ ਬਦਲਿਆ ਜਾਵੇਗਾ ਤਾਂ ਦੋਸਤੋ ਦੇਖੋ ਕੀ ਹੈ ਸਮਾਂ ਤਾਂ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲਿਆ ਜਾਵੇਗਾ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1 ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ ਸਮਾਂ ਹੇਠ ਦਿੱਤੇ ਅਨੁਸਾਰ ਹੋਵੇਗਾ ਤਾਂ ਬੁਲਾਰੇ ਨੇ ਦੱਸਿਆ ਕਿ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ 9 ਵਜੇ ਤੋਂ 3 ਵਜੇ ਤੱਕ ਖੁੱਲਣਗੇ ਅਤੇ ਸਮੂਹ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਸ ਸਵੇਰੇ 9 ਵਜੇ ਤੋਂ ਲੈ ਕੇ 3:20 ਤੱਕ ਦਾ ਹੋਵੇਗਾ ਤਾਂ ਜਿਹੜੇ ਪ੍ਰਾਇਮਰੀ ਸਕੂਲ ਨੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਹੋਵੇਗਾ ਅਤੇ ਸੀਨੀਅਰ ਸੈਕੰਡਰੀ ਜਾਂ ਮਿਡਲ ਹਾਈ ਸਕੂਲ ਜਿਹੜੇ ਹੈਗੇ ਵਾ ਉਹਨਾਂ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 3:20 ਤੱਕ ਦਾ ਹੋਵੇਗਾ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਟਾਈਮ ਟੇਬਲ ਦੇਖੋ ਕੀ ਹੈ 1 ਨਵੰਬਰ ਤੋਂ ਜਿਹੜਾ ਥੋੜਾ ਟਾਈਮ ਟੇਬਲ ਵੀ ਚੇਂਜ ਹੋ ਚੁੱਕਿਆ ਬਾਦਾ ਦੇਖੋ ਦੋਸਤੋ ਕੀ ਹੈ ਟਾਈਮ ਟੇਬਲ ਆ ਸਕੂਲਾਂ ਵਿੱਚ 1 ਨਵੰਬਰ 2022 ਤੋਂ ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ ਦਾ ਦੇਖ ਸਕਦੇ ਹੋ ਮਾਰਨਿੰਗ ਅਸੈਂਬਲੀ ਹੋਏਗੀ ਤੁਹਾਡੀ 9 ਵਜੇ ਤੋਂ ਲੈ ਕੇ 9:25 25 ਤੱਕ ਉਸ ਤੋਂ ਬਾਅਦ ਪੀਰੀਅਡ ਫਰਸਟ ਪੀਰੀਅਡ ਦੇਖੋ ਕਿੰਨੇ ਵਜੇ ਤੋਂ ਹੈ 9:25 ਤੋਂ ਲੈ ਕੇ 10:05 ਤੱਕ 40 ਮਿੰਟ ਦਾ ਪੀਰੀਅਡ ਹੋਏਗਾ ਉਸ ਤੋਂ ਬਾਅਦ ਸੈਕੰਡ ਪੀਰੀਅਡ ਦੇਖੋ 10:05 ਤੋਂ ਲੈ ਕੇ 10:45 ਤੱਕ ਉਸ ਤੋਂ ਬਾਅਦ ਥਰਡ ਥਰਡ ਪੀਰੀਅਡ ਦੇਖੋ 10:45 ਤੋਂ ਲੈ ਕੇ 11:25 ਤੱਕ ਚੌਥਾ ਪੀਰੀਅਡ 11:25 ਤੋਂ ਲੈ ਕੇ 12:05 ਤੱਕ ਅਥੇ ਪੰਜਵਾਂ ਲੈਕਚਰ 12:05 ਤੋਂ ਲੈ ਕੇ 12:45 ਤੱਕ ਉਸ ਤੋਂ ਬਾਅਦ ਦੇਖੋ ਨੈਕਸਟ ਪੀਰੀਅਡ ਉਸ ਤੋਂ ਬਾਅਦ ਤੁਹਾਡੀ ਰੈਸਸ ਆ ਜਾਏਗੀ 12:45 ਤੋਂ ਲੈ ਕੇ 1:30 ਸੋਰੀ 1:20 ਤੱਕ ਦੀ ਉਸ ਤੋਂ ਬਾਅਦ ਪੀਰੀਅਡ ਨੰਬਰ 6th 6th ਪੀਰੀਅਡ ਹੋਏਗਾ ਤੁਹਾਡਾ 1:20 ਤੋਂ ਲੈ ਕੇ 2:00 ਤੱਕ ਦਾ ਸੱਤਵਾਂ 2:00 ਤੋਂ ਲੈ ਕੇ 2:40 ਤੱਕ ਅਤੇ ਅੱਠਵਾਂ ਆਏਗਾ 2:40 ਤੋਂ 3:20 ਤੱਕ ਤੇ ਦੋਸਤੋ ਦੇਖ ਸਕਦੇ ਹੋ ਤੁਹਾਡੇ ਪੀਰੀਅਡ ਕਿਸ ਤਰ੍ਹਾਂ ਦੇ ਹੋਣਗੇ ਟਾਈਕੋ ਨੰਬਰ ਤੋਂ ਤੁਹਾਡਾ ਇਹ ਚੇਂਜ ਕਰ ਦਿੱਤਾ ਗਿਆ ਵਾ ਪੀ ਤੇ ਦੋਸਤੋ ਆਈ ਖਬਰ ਸੀ ਬਾਕੀ ਕੋਈ ਹੋਰ ਫਦਰ ਅਪਡੇਟ ਆਂਦੀ ਆ ਸਕੂਲ ਦੇ ਰਿਗਾਰਡਿੰਗ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ